ਹਿਟਲਰ ਕੋਲ ਚੱਲ ਪਾਣੀ ਪੀ ਲੈ ਤਾਂ ਪੀ ਲੈ ਨਾ ਯਾਰ ਪੀ ਇਹ ਕਿਆ ਕਰਨੇ ਜਾ ਰਿਹਾ ਥਾ ਤੂੰ ਹੈ ਦਿਮਾਗ ਖਰਾਬ ਹੋ ਗਿਆ ਤੇਰਾ ਪਾਗਲ ਨਾ ਹੋਵੇ ਤਾਂ ਪਰ ਕਿਆ ਸੋਚ ਕੇ ਤੂੰ ਰਾਣੋ ਕੋ ਗੱਡੀ ਕੇ ਅੰਦਰ ਧੱਕਾ ਦਿਆ ਥਾ ਕਹਾਂ ਭੇਜਣਾ ਚਾਹ ਰਹਾ ਥਾ ਇਸਕੋ ਤੂੰ ਕੋਈ ਮਾਸਟਰ ਬਾਪ ਬੇਟੀ ਕੋ ਡੋਲੀ ਮੇ ਬਿਠਾ ਕੇ ਵਿਦਾ ਕਰਤਾ ਹੈ ਇਸ ਤਰ੍ਹਾਂ ਧੱਕੇ ਦੇ ਕੇ ਨਹੀਂ ਪਰ ਤੂੰ ਇਹ ਤੂੰ ਕਿਆ ਕਰਨੇ ਜਾ ਰਿਹਾ ਥਾ ਗੱਡੀ ਕੇ ਥੱਲੇ ਸਰ ਦੇ ਕੇ ਮਰਨੇ ਜਾ ਰਿਹਾ ਥਾ ਤੂੰ ਤੂੰ ਇਹ ਵੀ ਨਹੀਂ ਸੋਚਿਆ ਕਿ ਰਾਣੋ ਕਾ ਕਿਆ ਹੋਤਾ ਕਿਆ ਕਰਤੀ ਵੋ ਮਾਸਟਰ ਸੰਭਾਲ ਆਪਣੇ ਆਪ ਸੰਭਾਲ ਚੱਲ ਕਰ ਚੱਲ ਉੱਠ ਕਰ ਚੱਲ 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 ਉੱਠ ਕਰ ਚੱਲ ਮੁਖੀਆ ਜੀ ਮੇਰੀ ਗੱਲ ਤਾਂ ਸੁਣੋ ਮੈਂ ਕੋਈ ਗੱਲ ਵੱਲ ਨਹੀਂ ਸੁਣਨੀ ਤੇਰੀ ਉਹ ਤੇਰੇ ਘਰ ਰਿਸ਼ਤਾ ਲੈ ਕੇ ਗਏ ਸੀ ਕੋਈ ਬੇਇੱਜ਼ਤੀ ਕਰਾਂ ਥੋੜੀ ਗਏ ਸੀ ਅਸੀਂ ਐਂ ਜੀ ਜੋ ਹੋਇਆ ਸੇ ਭੁੱਲ ਜਾ ਮੈਂ ਮਾਫੀ ਮੰਗ ਰਹੀ ਹਾਂ ਨਾ ਆਪਸੇ ਉਹ ਮੈਨੂੰ ਨਹੀਂ ਸੁਣਨੀ ਕੋਈ ਤੇਰੀ ਮਾਫੀ ਸ਼ਾਫੀ ਹੈ ਜੀ ਉਹ ਮੇਰਾ ਗੁੱਸਾ ਤੇ ਤਬ ਠੰਡਾ ਹੋਣਾ ਹੈ ਜਬ ਮੇਰੇ ਭਤੀਜੇ ਗੁੱਲੂ ਕੀ ਸ਼ਾਦੀ ਰਾਨੋ ਕੇ ਸਾਥ ਹੋਗੀ ਹੈ ਜੀ ਉਹ ਇਹ ਸ਼ਾਦੀ ਤਾਂ ਹੋ ਕੇ ਰਹੇਗੀ ਉਹ ਬੜਾ ਜ਼ਿੱਦੀ ਬੰਦਾ ਹੂੰ ਮੈਂ ਉਹ ਜਹਾਂ ਸਵਾਲ ਮੇਰੀ ਨਾਕ ਕਾ ਆ ਜਾਤਾ ਹੈ ਨਾ ਉਹ ਮੈਂ ਨਾਕ ਕੋ ਨਾ ਸਵਾਲ ਨਹੀਂ ਉਹ ਮੈਂ ਜ਼ਿੱਦ ਬਣਾ ਲੇਤਾ ਹੂੰ ਉਸਕੋ ਹੈ ਜੀ ਮੈਂ ਪੂਰੀ ਕਰੂੰਗੀ ਆਪਕੀ ਜ਼ਿੱਦ ਮੈਂ ਕੋਸ਼ਿਸ਼ ਕਰ ਰਹੀ ਹੂੰ ਨਾ ਉਹ ਕੋਸ਼ਿਸ਼ ਨਹੀਂ ਕਰਨੀ ਕਮਲਾ ਰਾਣੀ ਜੀ ਕੋਸ਼ਿਸ਼ ਨਹੀਂ ਕਰਨੀ ਹੈ ਉਹ ਇਹ ਸ਼ਾਦੀ ਤਾਂ ਹੋ ਕੇ ਰਹੇਗੀ ਉਹ ਤੂੰ ਆਪਣੇ ਆਪ ਕੋ ਸ਼ੀਸ਼ੇ ਮੇਂ ਦੇਖਤੀ ਹੈ ਨਾ ਉਹ ਜਵਾਨੀ ਤਾਂ ਰਹੀ ਨਹੀਂ ਅਬ ਹੈ ਜੀ ਉਹ ਗੁਰਚਰਨ ਨੇ ਜੋ ਸਾਥ ਦੇਣਾ ਹੈ ਉਹ ਦੇ ਨਹੀਂ ਹੈ ਜੇ ਮੈਂ ਤੇਰੇ ਪਿੱਛੋਂ ਹਟ ਗਿਆ ਨਾ ਤੇਰਾ ਬੁਢਾਪਾ ਰੁਲ ਜਾਣਾ ਹੈ ਜੀ ਮੁਖੀਆ ਜੀ ਇਸ ਤਰ੍ਹਾਂ ਕੀ ਗੱਲਾਂ ਨਾ ਕਰੋ ਜੀ ਤੁਸੀਂ ਮੇਰੀ ਵੀ ਗੱਲ ਤਾਂ ਸੁਣੋ ਉਹ ਗੱਲ ਵੱਲ ਕੁਛ ਨਹੀਂ ਹੁਣ ਵਕਤ ਹੈ ਕੰਮ ਕਰਨ ਦਾ ਕਮਲਾ ਰਾਣੀ ਹੁਣ ਤੇ ਗੁੱਲੂ ਦੇ ਵਿਆਹ ਦੀ ਜ਼ਿੰਮੇਦਾਰੀ ਤੇਰੀ ਹੈ ਜੀ ਮੈਂ ਲੈਤੀ ਹੂੰ ਜ਼ਿੰਮੇਦਾਰੀ ਮੈਂ ਕਰਾਉਂਗੀ ਗੁੱਲੂ ਕੀ ਸ਼ਾਦੀ ਅਗਰ ਇਹ ਤੇਰੀ ਜ਼ਿੱਦ ਹੈ ਨਾ ਤਾਂ ਇਹ ਮੇਰੀ ਵੀ ਜ਼ਿੱਦ ਹੈ ਔਰ ਇਹ ਅਬ ਜ਼ਿੱਦ ਨਹੀਂ ਮੇਰਾ ਵਾਅਦਾ ਹੈ ਤਿਆਰੀ ਕਰ ਮੁਖੀਆ ਗੁੱਲੂ ਦੇ ਵਿਆਹ ਦੀ